ਤੁਸੀਂ ਦੇਖ ਰਹੇ ਹੋ ਦੈਨਿਕ ਸਵਰ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਪੰਜਾਬ ਦੀ ਮਾਨ ਸਰਕਾਰ ਦੁਆਰਾ ਆਮ ਜਨਤਾ ਦੇ ਲੋਕਾਂ ਦੇ ਭਲੇ ਵਾਸਤੇ ਪੰਜਾਬ ਸਰਕਾਰ ਤੁਹਾਡੇ ਦੁਆਰਾ, ਯਾਨੀ ਕਿ ਆਮ ਜਨਤਾ ਦੀ ਸਰਕਾਰ ਉਹਨਾਂ ਦੇ ਘਰ ਤੱਕ ਪਹੁੰਚ ਚੁੱਕੀ, ਉਹ ਕੰਮ ਜਿਹੜੇ ਲੋਕਾਂ ਦੇ ਕਾਫੀ ਲੰਬੇ ਸਮੇਂ ਦੇ। ਇਹ ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਹੈ, ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ 'ਤੇ ਭੇਜਿਆ ਹੈ। ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਾਈ ਸੀ, ਉਹ ਪੂਰੀ ਕਰ ਰਹੇ ਹਾਂ। ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ। ਇਹ ਬਲ ਤੁਸੀਂ ਬਖਸ਼ਿਆ, ਕਿਉਂਕਿ ਜਨਤਾ ਦੇ ਵਿੱਚ ਹੀ, ਲੋਕਾਂ ਦੇ ਵਿੱਚ ਹੀ ਪਰਮਾਤਮਾ ਤੱਕ ਵੱਸਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ, ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ 'ਚ ਸੁਭਾਇਮਾਨ ਵੱਖ ਵੱਖ ਤੀਰਥ ਅਸਥਾਨਾਂ ਦੇ ਦਰਸ਼ਨ ਮੁਫ਼ਤ ਸਫ਼ਰ ਰਾਹੀਂ ਕਰ ਰਹੇ ਨੇ। ਧਾਰਮਿਕ ਅਸਥਾਨਾਂ ਦੀ ਯਾਤਰਾ ਲਈ PRTC ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ। ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ, ਪਟਨਾ ਸਾਹਿਬ, ਵਾਰਾਣਸੀ, ਮਥੁਰਾ, ਵਰਿੰਦਾਵਨ, ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ, ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ, ਤਲਵੰਡੀ ਸਾਬੋ, ਸ੍ਰੀ ਅਨੰਦਪੁਰ ਸਾਹਿਬ, ਮਾਤਾ ਚਿੰਤਪੁਰਨੀ, ਮਾਤਾ ਨੈਣਾ ਦੇਵੀ, ਮਾਤਾ ਵੈਸ਼ਨੋ ਦੇਵੀ, ਸਾਲਾਸਰ, ਬਾਲਾ ਜੀ ਧਾਮ, ਖਾਟੂ ਸ਼ਾਮ ਧਾਮ, ਮਾਤਾ ਜਵਾਲਾ ਜੀ ਤੱਕ ਬੱਸਾਂ ਰਾਹੀਂ ਮੁਫ਼ਤ ਸਫ਼ਰ ਕਰਵਾਇਆ ਜਾ ਰਿਹਾ। ਹੁਣ ਤੱਕ 33,500 ਤੋਂ ਵੱਧ ਸ਼ਰਧਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ। ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਕੰਮ ਨਹੀਂ ਹੁੰਦੇ, ਚਾਹੇ ਉਹ ਕਚਹਿਰੀ ਦੇ ਕੰਮ ਹੋਣ, ਚਾਹੇ ਕਿਸੇ ਡਿਸਪੈਂਸਰੀ ਕੰਮ ਹੋਵੇ, ਹਸਪਤਾਲ ਦਾ ਕੰਮ ਹੋਵੇ, ਜਾਂ ਲਾਇਸੈਂਸ ਦਾ ਕੰਮ ਹੋਵੇ, ਇੱਥੋਂ ਤੱਕ ਕਿ ਰਾਸ਼ਨ ਕਾਰਡ ਦਾ ਕੰਮ, ਉਹ ਵੀ ਅੱਜ ਲੁਧਿਆਣਾ ਦੇ ਨੌਰਥ ਹਲਕੇ ਵਿੱਚ ਇਲਾਕਾ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਰਹਿਨੁਮਾਈ ਹੇਠ ਇੱਕ ਪੰਜਾਬ ਸਰਕਾਰ ਤੁਹਾਡੇ ਦੁਆਰਾ ਜਿਹੜੀ ਮੁਹਿੰਮ ਦਾ ਅੱਜ ਇੱਕ ਮੈਗਾ ਕੈਂਪ ਇੱਥੇ ਲਗਾਇਆ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੌਰਥ ਹਲਕੇ ਦੀਆਂ, ਜਿੱਥੇ ਇਲਾਕਾ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਅਤੇ ਨਾਲ ADC ਅਮਿਤ ਸਰੀਨ ਵੀ ਮੌਜੂਦ ਆ, ਅਤੇ ਪੰਜਾਬ ਸਰਕਾਰ ਤੁਹਾਡੇ ਦੁਆਰ ਹਮੇਸ਼ਾ ਹੀ ਮਾਨ ਸਰਕਾਰ ਨੇ ਜਿਹੜੀ ਗੱਲ ਰੱਖੀ ਸੀ ਵੀ ਹਰ ਜਿਹੜਾ MLA ਉਹ ਜਨਤਾ ਦੇ ਘਰ ਪਹੁੰਚੂ, ਮਾਨ ਸਰਕਾਰ ਇੱਕ ਵੱਡਾ ਵਾਅਦਾ ਕੀਤਾ ਸੀ, ਜਿਹੜੀ ਆਮ ਸਰਕਾਰ ਤੁਹਾਡੇ ਮਤਲਬ ਦੁਆਰ ਪਹੁੰਚ ਚੁੱਕੀ। ਸਭ ਦੇਖਦਾ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਵੀ ਧੰਨਵਾਦ ਕਰਦਾ, ਤੁਸੀਂ ਲੋਕ ਸਾਨੂੰ ਸਿੰਚਾਈ ਤੱਕ ਲੈ ਕੇ ਜਾਂਦੇ ਹੋ, ਔਰ ਉਸ ਦੇ ਨਾਲ ਨਾਲ ਜੋ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਜੋ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਤੁਸੀਂ ਸਾਡੀ ਸਰਕਾਰ ਬਣਾਓਗੇ ਤਾਂ ਸਰਕਾਰ ਤੁਹਾਡੇ ਦੁਆਰ ਹੋਏਗੀ, ਉਸ ਦੀ ਲੜੀ ਵਜੋਂ ਅੱਜ ਸਰਕਾਰ ਲੋਕਾਂ ਦੇ ਵਿੱਚ ਦੁਆਰ ਜਾ ਰਹੀ ਹੈ, ਔਰ ਤਕਰੀਬਨ ਅੱਜ ਵਾਰਡ ਨੰਬਰ 86 ਦੇ ਵਿੱਚ 22 ਅਲੱਗ ਅਲੱਗ ਮਹਿਕਮੇ ਲੋਕਾਂ ਦੇ ਵਿੱਚ ਆਏ ਨੇ ਲੋਕਾਂ ਦੀਆਂ ਸਹੂਲਤਾਂ ਵਾਸਤੇ, ਲੋਕਾਂ ਦੇ ਕੰਮਾਂ ਵਾਸਤੇ, ਕਿਉਂਕਿ ਲੋਕਾਂ ਨੂੰ ਦਫ਼ਤਰਾਂ ਵਿੱਚ ਜਾ ਕੇ ਚੱਕਰ ਲਗਾਉਣੇ ਪੈਂਦੇ ਸੀ, ਪਰ ਅੱਜ ਕਿਤੇ ਨਾ ਕਿਤੇ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲ ਰਹੀ ਹੈ। ਅਸੀਂ ਤਕਰੀਬਨ ਪੈਨਸ਼ਨ ਦੇ ਕਈ ਫਾਰਮ ਵੰਡੇ ਆ, ਲੋਕਾਂ ਦੇ ਬਰਥ ਸਰਟੀਫਿਕੇਟ ਦੇ ਜਿਹੜੇ 2-2 ਮਹੀਨੇ 3-3 ਮਹੀਨੇ ਚੱਕਰ ਮਾਰਨੇ ਪੈਂਦੇ ਸੀ, ਇਮੀਜੀਏਟ ਬਣ ਗਏ। ਇਹ ਕਈ ਐਸੀ ਫੈਸਿਲਿਟੀਆਂ ਨੇ ਜਿਹੜੀਆਂ ਲੋਕਾਂ ਨੂੰ ਰੋਜ਼ ਬਰਾਂ ਦੀਆਂ ਲੋੜ ਪੈਂਦੀਆਂ ਨੇ, ਪਰ ਲੋਕਾਂ ਨੂੰ ਦਿੱਕਤ ਬਹੁਤ ਆਉਂਦੀ ਸੀ। ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜਿਵੇਂ ਕੋਈ ਫਰਦ ਚਾਹੀਦੀ ਹੈ, ਉਹਦੇ ਉੱਤੇ ਫਰਦ ਨਹੀਂ ਚੜ ਰਹੀ ਜਾਂ ਉਹਦੇ ਕੋਲੋਂ ਅੰਗੂਠਾ ਨਹੀਂ ਲੱਗ ਰਿਹਾ, ਇਹੋ ਜਿਹੀਆਂ ਦਿੱਕਤਾਂ ਸੀਗੀਆਂ, ਲੋਕ ਬਹੁਤ ਪਰੇਸ਼ਾਨ ਹੁੰਦੇ ਸੀ। ਅੱਜ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਦੀ ਹੈ, ਮਿਲ ਰਹੀ ਹੈ। ਅਸੀਂ ਪਹਿਲੇ ਵੀ ਕੈਂਪ ਲਗਾਏ ਨੇ, ਇਹ ਵੀ ਕੈਂਪ ਲੱਗ ਗਿਆ, ਉਸ ਤੋਂ ਬਾਅਦ ਹੋਰ ਅਲੱਗ ਅਲੱਗ ਵਾਰਡਾਂ ਦੇ ਵਿੱਚ ਅਸੀਂ ਕੈਂਪ ਲਗਾਵਾਂਗੇ, ਔਰ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਅਪੀਲ ਕਰਾਂਗਾ, ਇਸ ਕੈਂਪ ਦਾ ਬੈਨੀਫਿਟ ਲਵੋ, ਲਾਭ ਉਠਾਓ। ਜਿੱਥੇ ਕੋਈ ਕਾਗਜ਼ ਦੀ ਕਮੀ ਹੈ ਉਹ ਕਾਗਜ਼ ਪੂਰਾ ਕਰ ਦਿਓ, ਕਿਉਂਕਿ ਪੇਪਰ ਵਰਕ ਦੇ ਨਾਲ ਕੰਮ ਹੋਣਾ। ਕਈ ਵਾਰੀ ਆਪਾਂ ਕਹਿੰਦੇ ਨੇ ਕੈਂਪ ਲੱਗ ਗਿਆ ਸਾਨੂੰ ਹੁਣੇ ਹੋ ਜਾਏ, ਉਹਦੇ ਵਿੱਚ ਸਾਡਾ ਫਾਰਮੈਲਿਟੀਆਂ ਜਿਹੜੀਆਂ ਨੇ ਉਹ ਪੂਰੀਆਂ ਕਰਨੀਆਂ ਜ਼ਰੂਰੀ ਹੁੰਦੀਆਂ ਨੇ। ਜਿਵੇਂ ਕੁਛ ਆਪਾਂ ਫਾਰਮ ਦੇਣਾ, ਉਹਦੇ ਨਾਲ ਸਾਡਾ ਬਰਥ ਸਰਟੀਫਿਕੇਟ ਲੱਗਦਾ, ਆਧਾਰ ਕਾਰਡ ਲੱਗਦਾ, ਜੇ ਆਧਾਰ ਕਾਰਡ ਬਣਾਉਣਾ ਉਹਦੀ ਕੰਪਲੀਟ ਤੁਹਾਡਾ ਐਡਰੈਸ ਚਾਹੀਦਾ। ਇਸ ਤਰ੍ਹਾਂ ਕਈ ਫਾਰਮ ਅਧੂਰੇ ਹੁੰਦੇ ਨੇ, ਉਹ ਲੋਕ ਫਿਰ ਨਾਰਾਜ਼ਗੀ ਸ਼ੋਅ ਕਰਦੇ ਆ, ਪਰ ਕਿਤੇ ਨਾ ਕਿਤੇ
ਮੈਂ ਤੁਹਾਡੇ ਮਾਧਿਅਮ ਤੋਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਅਵੇਅਰ ਹੋਵੋ, ਜਿੱਥੇ ਕੈਂਪ 'ਤੇ ਤੁਸੀਂ ਜਾਂਦੇ ਹੋ ਆਪਣਾ ਪੇਪਰ ਵਰਕ ਨਾਲ ਲੈ ਕੇ ਜਾਓ। ਜਦੋਂ ਪੇਪਰ ਵਰਕ ਨਾਲ ਲੈ ਕੇ ਸਾਨੂੰ ਉਹਦਾ ਬਣਾਉਣਾ ਈਜ਼ੀ ਹੋ ਜਾਂਦਾ। ਜਾਂ ਤਾਂ ਦੇਖਿਆ ਗਿਆ ਹੁਣ ਜਿਹੜੇ ਜਿੰਨੇ ਵੀ ਮੇਗਾ ਕੈਂਪ ਲੱਗਦੇ ਆ ਪੰਜਾਬ ਸਰਕਾਰ ਤੁਹਾਡੇ ਦੁਆਰ, ਆਮ ਜਿਹੜੇ ਲੋਕਾਂ ਨੂੰ ਕਚਹਿਰੀ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਸੀ ਜਾਂ ਫਰਦ ਲੈਣੀ ਹੋਵੇ ਜਾਂ ਕਿਤੇ ਰਜਿਸਟਰੀ ਦਾ, ਲੱਗ ਰਿਹਾ ਵੀ ਹੁਣ ਇਸ ਕੈਂਪ ਦੇ ਵਿੱਚ ਰੈਵਨਿਊ ਡਿਪਾਰਟਮੈਂਟ ਨਾਲ ਕਾਫੀ ਡਿਪਾਰਟਮੈਂਟ ਸਾਰਾ ਡੀਸੀ ਆਫਿਸ ਤੋਂ ਸਾਡੇ ਏਡੀਸੀ ਸਾਹਿਬ ਨਾਲ ਨਾਲ ਆਈਸੀ ਸਾਹਿਬ ਨਾਲ ਖੁਦ ਆਪ ਨੇ ਕਾਰਪੋਰੇਸ਼ਨ ਤੋਂ ਸਾਡੇ ਜੋਨਲ ਕਮਿਸ਼ਨਰ ਐਡੀਸ਼ਨਲ ਕਮਿਸ਼ਨਰ ਸਾਰੇ ਮਹਿਕਮੇ ਜਿਹਨੇ ਬਾਕੀ ਮਹਿਕਮੇ ਉਹਨਾਂ ਦੇ ਵੀ ਹੈੱਡ ਨਾਲ ਆਏ ਹੋਏ ਨੇ। ਮੌਕੇ 'ਤੇ ਹੱਲ ਹੋ ਜਾਂਦਾ, ਪਰ ਸਾਡਾ ਪੇਪਰ ਵਰਕ ਪੂਰਾ ਹੋ ਜਾਂਦਾ। ਜੇ ਸਾਡਾ ਪੇਪਰ ਵਰਕ ਪੂਰਾ ਨਹੀਂ ਹੋਏਗਾ ਨੈਚੁਰਲੀ ਕਿਤੇ ਨਾ ਕਿਤੇ ਕਮੀ ਹੁੰਦੀ ਹੈ। ਲੱਗਦਾ ਵੀ ਹੁਣ ਜਨਤਾ ਵੀ ਬਿਲਕੁਲ ਚਾਹੁੰਦੀ ਵੀ ਇੱਦਾਂ ਦੇ ਕੈਂਪ ਹਮੇਸ਼ਾ ਲੱਗਣੇ ਚਾਹੀਦੇ। ਤਾਂ ਆਪਾਂ ਨਿਗਾਹ ਮਾਰੋ ਕਿੰਨੇ ਲੋਕ ਆਏ ਨੇ, ਇਹਨਾਂ 'ਚੋਂ ਜੇ 60 ਪੈਸੇ ਵੀ ਲੋਕ ਕੰਮ ਕਰਾ ਕੇ ਲੈ ਜਾਣਗੇ ਸਾਨੂੰ ਸੰਤੁਸ਼ਟੀ ਹੋਏਗੀ। ਜੇ ਲੋਕਾਂ ਦੀ ਇੰਨੀ ਫੈਸਿਲਿਟੀ ਮਿਲ ਜਾਣੀ, ਲੋਕਾਂ ਦੇ ਘਰਾਂ ਦੇ ਵਿੱਚ ਆ ਕੇ ਲੋਕਾਂ ਦੇ ਘਰ ਦੇ ਕੋਲ ਆ ਕੇ ਆਪਾਂ ਫੈਸਿਲਿਟੀ ਦੇ ਰਹੇ ਹਾਂ, ਲੋਕਾਂ ਨੂੰ ਲੈਣੀ ਚਾਹੀਦੀ ਹੈ। ਤੋਂ ਮੇਰਾ ਮੌਜੂਦ ਹੈ ਏਡੀਸੀ ਸਾਹਿਬ ਅਜੇ ਸਿੰਘ ਜੀ। ਸਿੰਘ ਸਾਹਿਬ ਕਿਸਾ ਦੇਖਦੇ ਹੋ, ਰੈਵਨਿਊ ਡਿਪਾਰਟਮੈਂਟ ਦੀ ਗੱਲ ਕੀਤੀ ਜਾਂਦੀ ਸੀ, ਹਮੇਸ਼ਾ ਹੀ ਲੋਕਾਂ ਨੂੰ ਖਜਲ ਖੁਆਰੀ ਹੁੰਦੀ ਸੀ, ਜ਼ਿਆਦਾਤਰ ਤਹਿਸੀਲਾਂ ਦੇ ਵਿੱਚ ਪਟਵਾਰਖਾਨੇ 'ਚ। ਇਸ ਤਰ੍ਹਾਂ ਦੇ ਮੈਗਾ ਕੈਂਪਾਂ ਦੇ ਵਿੱਚ ਸਰਕਾਰ ਦੁਆਰਾ ਜਿਹੜਾ ਲੋਕਾਂ ਨੂੰ ਫਰਦ ਵਾਸਤੇ ਮਿਲ ਜਾਂਦੀ ਹੈ ਪ੍ਰੋਵਾਈਡ, ਲੱਗਦਾ ਵੀ ਇੱਦਾਂ ਦੇ ਕੈਂਪ ਦਾ ਲੋਕਾਂ ਨੂੰ ਕਾਫੀ ਫਾਇਦਾ ਮਿਲ ਰਿਹਾ ਸਰਕਾਰ ਨੂੰ। ਬਿਲਕੁਲ ਬਿਲਕੁਲ, ਕਿਤੇ ਵੀ ਰੈਵਨਿਊ ਦਾ ਕੋਈ ਮੋਟੇਸ਼ਨ ਕਿਸੇ ਦੀ ਨਹੀਂ ਹੋ ਰਹੀ, ਉਹ ਆਪਣੀ ਸ਼ਿਕਾਇਤ ਦੇ ਸਕਦੇ ਨੇ। ਇਟ ਸ਼ੁੱਡ ਨਾਟ ਬੀ ਕੰਟੈਸਟਡ ਮੋਟੇਸ਼ਨ, ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਕੰਟੈਸਟਡ ਮੋਟੇਸ਼ਨ ਹੋ ਜਾਂਦੀ ਹੈ ਫਿਰ ਦੈਨ ਬਿਕਮਸ ਅ ਕੋਰਟ ਕੇਸ। ਇਸ ਕਰਕੇ ਸਿਰਫ ਉਹਦੇ 'ਚ ਡਿਲੇ ਹੁੰਦਾ, ਬਾਕੀ ਮੋਟੇਸ਼ਨ ਰੈਗੂਲਰਲੀ ਹੋ ਰਹੀਆਂ। ਜਿੱਥੇ ਵੀ ਲੋਕਾਂ ਨੂੰ ਲੱਗ ਰਿਹਾ ਕਿ ਮੇਰੀ ਮੋਟੇਸ਼ਨ ਐਂਟਰੀ ਨਹੀਂ ਹੋਈ ਹੈ, ਉਹ ਸਾਨੂੰ ਦਰਖਾਸਤ ਦੇ ਸਕਦੇ, ਅਸੀਂ ਵਦਨ 5 ਡੇਜ਼ ਉਹਦੀ ਐਂਟਰੀ ਕਰਵਾਵਾਂਗੇ। ਜ਼ਿਆਦਾ ਦੇਖਿਆ ਕਭੀ ਕਰਦੇ ਵੀ ਆ ਪਟਵਾਰਖਾਨੇ ਵਿੱਚ ਕੁਝ ਪ੍ਰਾਈਵੇਟ ਕਰਿੰਦੇ ਕੰਮ ਕਰਦੇ, ਕੀ ਲੱਗ ਰਿਹਾ ਸਰਕਾਰ ਉਹਨਾਂ ਵੱਲ ਵੀ ਧਿਆਨ ਕਰੂਗੀ, ਇੱਦਾਂ ਦੇ ਪ੍ਰਾਈਵੇਟ ਕਰਿੰਦਿਆਂ ਨੂੰ ਕੰਮ ਨਹੀਂ ਕਰਨਾ ਚਾਹੀਦਾ? ਨਹੀਂ, ਪਿੱਛੇ ਵੀ ਪ੍ਰਾਈਵੇਟ ਕਰਿੰਦੇ, ਜੇ ਐਨੀਬਡੀ ਹੂ ਸਿਟਿੰਗ ਵਿਦਆਊਟ ਆਈਡੀ ਕਾਰਡ, ਅਸੀਂ ਉਹਨੂੰ ਸ਼ੰਟ ਆਊਟ ਕੀਤਾ, ਉੱਥੇ ਬਿਲਕੁਲ ਬੈਠਣ ਨਹੀਂ ਦੇਈਦਾ। ਔਰ ਨਵਾਂ ਸਟਾਫ ਜਿਹੜਾ ਕਾਫੀ ਰਿਕਰੂਟ ਕੀਤਾ ਗਿਆ ਆਲਰੇਡੀ PLRS ਐਂਡ ਸਾਰੇ ਡਿਪਾਰਟਮੈਂਟ ਦੇ ਵਿੱਚ, ਫਿਰ ਵੀ ਇੱਦਾਂ ਦਾ ਕੋਈ ਕੇਸ ਆਉਂਦਾ ਯੂ ਕੈਨ ਆਲਵੇਜ਼ ਗਿਵ ਮੀ, ਇਟ ਵਿਲ ਬੀ ਸ਼ੰਟਡ ਆਊਟ। ਵੀ ਆਰ ਵੈਰੀ ਮੱਚ ਅਗੇਂਸਟ ਕਰਪਸ਼ਨ ਐਂਡ ਟਰਾਂਸਪੇਰੈਂਸੀ, ਇਟ ਵਿਲ ਬੀ ਟੋਟਲੀ ਟਰਾਂਸਪੇਰੈਂਟ। ਦੇਖੋ ਇੱਥੇ ਕੰਮ ਹੋ ਰਿਹਾ, ਹੁਣ ਔਨ ਦਾ ਸਪੋਟ ਅਸੀਂ 8 ਪੈਨਸ਼ਨ ਸਰਟੀਫਿਕੇਟ ਦਿੱਤੇ ਨੇ ਔਨ ਦਾ ਸਪੋਟ, ਅਤੇ ਉਹਨਾਂ ਤੋਂ ਤੁਸੀਂ ਪੁੱਛ ਸਕਦੇ ਹੋ ਕਿ ਕਿਸੇ ਕਿਸਮ ਦਾ ਕੋਈ ਪੈਸਾ ਲਿੱਤਾ ਦਿੱਤਾ ਨਹੀਂ ਗਿਆ, ਔਰ ਬਰਥ ਸਰਟੀਫਿਕੇਟ ਵੀ ਅਸੀਂ MLA ਸਾਹਿਬ ਤੋਂ ਦਵਾਇਆ। ਸੋ ਵੀ ਆਰ ਕਮਿਟਡ ਫੋਰ ਅ ਗਵਰਨਮੈਂਟ ਵਿਚ ਇਜ਼ ਕਰਪਸ਼ਨ ਫਰੀ ਐਂਡ ਟਰਾਂਸਪੇਰੈਂਟ। ਥੈਂਕ ਯੂ। ਦੱਸ ਦੇ ਕਿ ਪੰਜਾਬ ਸਰਕਾਰ ਤੁਹਾਡੇ ਦੁਆਰਾ ਜਿਹੜਾ ਆਮ ਜਿਹੜੀ ਜਨਤਾ ਵਾਸਤੇ ਜਿਹੜੀ ਗੱਲ ਕੀਤੀ ਸੀ, ਉਹਨਾਂ ਦੇ ਕੰਮ ਜਿਹੜੇ ਘਰਾਂ 'ਤੇ ਹੋਣਗੇ, ਬਿਲਕੁਲ ਅੱਜ ਖਾਸ ਕਰਕੇ ਪਟਵਾਰਖਾਨੇ ਲੋਕਾਂ ਦੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਆਮ ਰਿਸ਼ਵਤਖੋਰੀ ਦੇ ਹਮੇਸ਼ਾ ਇਲਜ਼ਾਮ ਲੱਗਦੇ ਰਹਿੰਦੇ ਸੀ, ਕਿਤੇ ਨਾ ਕਿਤੇ ਆ ਕੇ ਇਹਦਾ ਦੇ ਮੈਗਾ ਕੈਂਪ ਦੇ ਵਿੱਚ ਆਮ ਲੋਕਾਂ ਨੂੰ ਬਰਥ ਸਰਟੀਫਿਕੇਟ, ਪਟਵਾਰਖਾਨੇ ਸੰਬੰਧੀ ਕੋਈ ਵੀ ਸ਼ਿਕਾਇਤਾਂ ਜਾਂ ਉਹਨਾਂ ਦੇ ਕੰਮ ਵਾਸਤੇ ਫਰਦਾਂ ਵਾਸਤੇ ਇੱਦਾਂ ਦੇ ਮੈਗਾ ਕੈਂਪ ਦੇ ਵਿੱਚ ਸਰਕਾਰ ਵੱਲੋਂ ਆਮ ਜਨਤਾ ਵਾਸਤੇ ਜਿਹੜਾ ਪਹੁੰਚੇ, ਅਤੇ ਕਿਤੇ ਨਾ ਕਿਤੇ ਆ ਕੇ ਆਮ ਜਨਤਾ ਨੂੰ ਇੱਦਾਂ ਦੇ ਮੈਗਾ ਕੈਂਪ ਦਾ ਬੈਨੀਫਿਟ, ਲੋਕਾਂ ਦਾ ਵੀ ਗੱਲਬਾਤ ਕਰਾਂ, ਕਿਸ ਤਰ੍ਹਾਂ ਇੱਥੇ ਕੀ ਕੰਮ ਕਰਵਾਉਣ ਵਾਸਤੇ ਆਏ ਆ, ਗੱਲਬਾਤ ਕਰਾਂਗੇ। ਭਾਅ ਜੀ ਕੀ ਕੰਮ ਕਰਾਉਣ ਆਏ ਸੀ ਤੁਸੀਂ? ਆਪਣਾ ਜੀ ਆਧਾਰ ਕਾਰਡ ਦਾ ਕੰਮ ਸੀਗਾ ਜੀ, ਪਹਿਲ ਦੇ ਆਧਾਰ 'ਤੇ ਹੋ ਗਿਆ ਜੀ। ਅਸੀਂ ਹਾਊਸ ਟੈਕਸ ਵਗੈਰਾ ਭਰਨਾ ਸੀਗਾ ਜੀ, ਮਤਲਬ ਉੱਥੇ ਨਾਲ ਨਾਲ ਇੱਥੇ ਮਤਲਬ ਇਹਨਾਂ ਨੇ ਕੈਂਪ ਲਗਾਇਆ, ਬੜਾ ਅੱਛਾ ਹੋਇਆ ਜੀ, ਇੱਥੇ ਮਤਲਬ ਲਾਈਨ 'ਚ ਨਹੀਂ ਲੱਗਣਾ ਪਿਆ ਜੀ, ਸਾਰੇ ਕੰਮ ਪਹਿਲ ਦੇ ਆਧਾਰ 'ਤੇ ਹੋ ਰਹੇ ਜੀ। ਸਾਡਾ 10 ਮਿੰਟ ਤੋਂ ਵੀ ਨਹੀਂ ਲੱਗੇ ਜੀ, ਕੰਮ ਹੋ ਗਿਆ ਜੀ ਇੱਥੇ। ਪਹਿਲਾਂ ਕਿੰਨੀ ਦੇਰ ਟਾਈਮ ਲੱਗੇ ਤੁਹਾਨੂੰ? ਉੱਥੇ ਜਾਣਾ ਪੈਣਾ ਸੀ, ਲਾਈਨ 'ਚ ਲੱਗਣਾ ਪੈਣਾ ਸੀਗਾ ਜੀ, ਵਾਰੀ ਆਉਣੀ ਹੈ ਕਿ ਨਹੀਂ ਆਉਣੀ, ਅਫਸਰ ਬੈਠੇ ਕਿ ਨਹੀਂ ਬੈਠੇ, ਇੱਥੇ ਬੈਠੇ ਸਾਰਾ ਕੰਮ ਹੋ ਗਿਆ ਜੀ। ਵਿਦਆਊਟ ਪੈਸੇ ਨੇ ਜੀ, ਕੋਈ ਪੈਸਾ ਨਹੀਂ ਲੱਗਿਆ ਜੀ, ਬਿਲਕੁਲ ਰਾਈਟ ਜੀ, ਲੱਗਣੇ ਚਾਹੀਦੇ ਆ ਜੀ। ਕੀ ਕੰਮ ਕਰਾਉਣਾ? ਅਸੀਂ ਭਾਅ ਜੀ ਰਾਸ਼ਨ ਕਾਰਡ ਬਣਵਾਉਣ ਆਏ ਸੀ, ਮੇਰੀ ਉਮਰ ਲੰਘ ਗਈ, ਮੇਰਾ ਰਾਸ਼ਨ ਕਾਰਡ ਹਜੇ ਤੱਕ ਅਪਲਾਈ ਨਹੀਂ ਹੋਇਆ ਸੀ, ਅਤੇ ਹੁਣ ਇਸ ਵਾਰ ਮੈਂ ਫਾਰਮ ਭਰ ਕੇ ਦਿੱਤਾ ਭਾਅ ਜੀ ਨੂੰ, ਇੱਥੇ ਕੈਂਪ ਲੱਗੇ ਆ, ਕੈਂਪ ਦੇ ਅਨੁਸਾਰ ਆਪਾਂ ਆਪਣਾ ਫਾਰਮ ਭਰ ਕੇ ਦਿੱਤਾ। ਦੇਖੋ ਪੱਗਾ ਸਾਹਿਬ ਕਹਿੰਦੇ ਹੈਗੇ ਕਿ ਫਾਰਮ ਭਰ ਕੇ ਦੇ ਦਿਓ, ਹੁਣ ਤੁਹਾਡਾ ਕੰਮ ਹੋ ਜਾਣਾ, ਬਸ ਇਹ ਰਾਸ਼ਨ ਕਾਰਡ ਕਰੋ। ਪਹਿਲਾਂ ਕਿਸ ਨੇ ਕਿਹਾ ਸੀ ਜਿਹਦਾ ਫਾਰਮ ਭਰੇ ਜਾਂਦੇ ਰਾਸ਼ਨ ਕਾਰਡ ਦੇ ਬਣ ਚੁੱਕੇ, ਤੁਹਾਨੂੰ ਦੱਸਿਆ ਪਹਿਲਾਂ ਕਿਸੇ ਨੇ ਦੱਸਿਆ? ਨਹੀਂ ਦੱਸਿਆ ਨਹੀਂ। ਇੱਥੇ ਤੁਹਾਨੂੰ ਲੱਗਿਆ? ਇੱਥੇ ਲੱਗਿਆ। ਲੱਗਦਾ ਵੀ ਤੁਹਾਨੂੰ ਉਮੀਦ ਹੈ ਵੀ ਹੁਣ ਸਰਕਾਰ ਵਾਲਾ ਰਾਸ਼ਨ ਕਾਰਡ ਬਣ ਜੂ? ਹਾਂਜੀ ਹਾਂਜੀ, ਉਮੀਦ ਹੈ।
ਕੋਈ ਪੈਸਾ ਦਿੱਤਾ ਇੱਥੇ? ਨਹੀਂ ਨਹੀਂ ਕੋਈ ਪੈਸਾ ਨਹੀਂ, ਕੋਈ ਫ੍ਰੀ, ਫਾਰਮ ਵੀ ਫ੍ਰੀ ਭਰੇ, ਸਾਰਾ ਕੁਝ ਫ੍ਰੀ। ਸੋ ਫਾਰਮ ਵੀ ਫ੍ਰੀ ਭਰੇ ਲੋਕਾਂ ਦੇ, ਆਮ ਜਿਹੜੇ ਲੋਕ ਰਾਸ਼ਨ ਕਾਰਡ ਬਣਾਉਣ ਵਾਸਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਰਾਸ਼ਨ ਕਾਰਡ ਨਹੀਂ ਬਣਦੇ ਸੀ, ਬਰਥ ਸਰਟੀਫਿਕੇਟ ਨਹੀਂ ਬਣਦੇ ਸੀ, ਤਾਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਿੱਛੇ ਮੇਰੇ, ਇਹ ਲੋਕ ਜਿਹੜੇ ਇੱਥੇ ਆਏ ਕੰਮ ਕਰਨ ਵਾਸਤੇ ਆਪਣੇ ਫਾਰਮ ਭਰ ਰਹੇ ਆ, ਕਿਤੇ ਕਿਤੇ ਆ ਕੇ ਨਾ ਅਸੀਂ ਖਾਸ ਕਰਕੇ ਉਹ ਜਿਹੜੇ ਲੋਕ ਆ ਜਿਹਨਾਂ ਨੂੰ ਆਪਣੀ ਜਨਮ ਤਰੀਕ ਸਰਟੀਫਿਕੇਟ ਲਗਾਉਣੇ ਪੈਂਦੇ ਸੀ, ਤਾਂ ਇਸ ਤਰ੍ਹਾਂ ਦੇ ਪੂਰਾ ਡਿਪਾਰਟਮੈਂਟ ਸਰਕਾਰ ਵੱਲੋਂ ਜਿਹੜਾ ਇੱਥੇ ਮੌਜੂਦ ਹੈ, ਖਾਸ ਕਰਕੇ ਉਹ ਲੋਕਾਂ ਦਾ ਕੰਮ ਇੱਥੇ ਵਗੈਰਾ ਹੋ ਰਿਹਾ, ਤਾਂ ਕਿ ਆਮ ਜਿਹੜੇ ਜਨਤਾ ਨੂੰ ਪੰਜਾਬ ਸਰਕਾਰ ਦਾ ਜਿਹੜੀ ਇੱਕ ਨਵਾਂ ਇਨੀਸ਼ੀਅਲ ਦਿੱਤਾ ਗਿਆ ਸੀ, ਉਹ ਪੰਜਾਬ ਸਰਕਾਰ ਤੁਹਾਡੇ ਦੁਆਰਾ, ਅਤੇ ਉਹੀ ਕੰਮ ਲੋਕਾਂ ਦੇ ਇੱਥੇ ਬਿਨਾਂ ਕਿਸੇ ਪੈਸੇ ਦਿੱਤੇ, ਔਰ ਕੁਛ ਹੀ ਪਲਾਂ ਦੇ ਵਿੱਚ, ਯਾਨੀ ਕਿ 10-15 ਮਿੰਟ ਉਹਨਾਂ ਦੇ ਕੰਮ ਹੋ ਰਿਹਾ, ਕਿਤੇ ਕਿਤੇ ਆ ਕੇ ਆਮ ਜਨਤਾ ਵੀ ਇੱਥੇ ਆ ਕੇ ਕਾਫੀ ਇਸਦਾ ਲਾਹਾ ਲੈ ਰਹੀ। ਕਾਵੇ ਕੀ ਕੰਮ ਕਰਨਾ ਆਏ ਸੀ? ਸਰਟੀਫਿਕੇਟ ਸੈੱਟ ਕਰਾਉਣ ਆਏ ਸੀ। ਅੱਛਾ ਜੀ, ਪਹਿਲਾਂ ਕਰਾਇਆ ਸੀ ਕਿਤੇ? ਕਰਵਾਇਆ ਸੀਗਾ ਪਰ ਉੱਥੇ ਨੁਕਸਾਨ ਹੋ ਗਿਆ ਸਾਡਾ, ਗਲਤ ਬਣਾਤਾ ਉਹਨਾਂ ਨੇ। ਇੱਥੇ ਹੋਵੇ ਕੰਮ ਹੋ ਰਿਹਾ? ਹਾਂਜੀ ਕਰਵਾ ਰਹੇ ਹਾਂ। ਫ੍ਰੀ ਅਤੇ ਲੋਕ ਇੱਥੇ ਕੰਮ ਕਰਾਉਣ ਕਾਫੀ ਇੱਥੇ ਲੋਕ ਆਏ, ਤੁਸੀਂ ਕੀ ਕੰਮ ਕਰਾਉਣ ਆਏ ਸੀ? ਕੀ ਕੰਮ ਕਰਾਉਣ ਆਏ ਸੀ ਤੁਸੀਂ? ਇਹ ਜਨਮ ਪੱਤਰੀ ਵੀ ਉਹ ਕਰਵਾਉਣੀ, ਜਨਮ ਤਰੀਕ ਠੀਕ ਕਰਾਉਣੀ, ਉਹ ਵੀ ਆਮ ਪਕਨੀ ਹੋ ਰਹੀ ਹੈ। ਹੋ ਰਹੀ ਹੈ ਹਾਂਜੀ। ਕਹਿੰਦੇ ਕਿ ਅਭੀ ਇਹ ਤਾਂ ਮੁਸ਼ਕਿਲ ਹੋਈ ਪਹਿਲੇ? ਨਹੀਂ ਪਹਿਲੇ ਕਹੀ ਨਹੀਂ ਕਰਵਾਏ ਥੇ, ਹਾਂਜੀ ਹੋ ਗਿਆ ਥਾ, ਨਾਮ ਚੇਂਜ ਕਰਵਾਣੀ ਹੈ। ਨਾਮ ਚੇਂਜ ਕਰਵਾ, ਹਾਂਜੀ ਯਹਾਂ ਪਰ ਹੋ ਜਾਏਗਾ ਆਪਕਾ? ਹਾਂਜੀ। ਸੋ ਦੱਸ ਦਈਏ ਕਿ ਪੰਜਾਬ ਸਰਕਾਰ ਤੁਹਾਡੇ ਦੁਆਰ ਜਿਹੜੇ ਇਹ ਮੈਗਾ ਕੈਂਪ ਦਾ ਜਿਹੜਾ ਆਯੋਜਨ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ, ਕਿਤੇ ਕਿਤੇ ਆ ਕੇ ਮਾਨ ਸਰਕਾਰ ਦੁਆਰਾ ਹਰ ਵਿਧਾਇਕਾਂ ਨੂੰ ਗੱਲ ਕੀਤੀ ਗਈ ਸੀ ਵੀ ਉਹ ਆਪਣੇ ਇਲਾਕਿਆਂ 'ਚ ਜਾ ਕੇ ਆਮ ਜਨਤਾ ਦੇ ਉਹ ਕੰਮ ਜਿਹੜੇ ਉਹਨਾਂ ਨੂੰ ਸਰਕਾਰੀ ਦਫ਼ਤਰਾਂ 'ਚ ਜਾ ਕੇ ਕਾਫੀ ਖੱਜਲ ਖੁਆਰੀ ਹੁੰਦੀ ਪੈਂਦੀ, ਕਿਸੇ ਕਿਤੇ ਆ ਕੇ ਜਿਹੜੇ ਅੰਦੇ ਅਧਿਕਾਰੀ ਕੰਮ ਕਰਦੇ ਸਰਕਾਰੀ ਉਹਨਾਂ 'ਤੇ ਰਿਸ਼ਵਤ ਲੈਣ ਦੇ ਵੀ ਇਲਜ਼ਾਮ ਲੱਗਦੇ, ਕਿਤੇ ਕਿਤੇ ਆ ਕੇ ਹੁਣ ਇਹ ਲੋਕ ਇੱਦਾਂ ਦੇ ਮੈਗਾ ਕੈਂਪ ਜਿਹੜੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਹਰ ਪੰਜਾਬ ਦੇ ਹਰ ਸੂਬੇ ਕਸਬਿਆਂ ਵਿੱਚ ਆਯੋਜਨ ਕੀਤਾ, ਆਮ ਜਿਹੜੀ ਜਨਤਾ ਹੈਗੀ ਇਹਨਾਂ ਦੇ ਕੈਂਪਾਂ ਦਾ, ਇਸ ਤਰ੍ਹਾਂ ਦੇ ਮੈਗਾ ਕੈਂਪ ਦਾ ਲਾਹਾ ਲੈ ਰਹੀ ਹੈ, ਤਾਂ ਕਿਤੇ ਆ ਕੇ ਉਹ ਰਿਸ਼ਵਤਖੋਰੀ ਤੋਂ ਵੀ ਬਚਦੇ ਆ, ਅਤੇ ਇਸ ਨਾਲ ਕਾਫੀ ਉਹਨਾਂ ਪੈਸਾ ਵੀ ਬਚਦਾ, ਇਸ ਨਾਲ ਹੀ ਜਿਹੜੇ ਇੱਦਾਂ ਦੇ ਕੈਂਪ ਦਾ ਉਹਨਾਂ ਕਾੜਾ ਕੰਮ ਹੈ ਉਹ ਕੁਛ ਮਿੰਟਾਂ 'ਚ ਹੋ ਜਾਂਦਾ। ਕੈਮਰਾਮੈਨ ਬੋਬੀ ਨਾਲ ਸੰਦੀਪ ਸ਼ਰਮਾ, ਡੈਨੀਸ਼ਾ ਟੀਵੀ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।